ਨਾਮ ਦੀਆਂ ਵਡਿਆਈਆਂ ਹਰੀ ਤੇਰੇ ਨਾਮ ਦੀਆਂ ਵਡਿਆਈਆਂ ਨਾਮ ਦੀਆਂ ਵਡਿਆਈਆਂ ਹਰੀ ਤੇਰੇ ਨਾਮ ਦੀਆਂ ਵਡਿਆਈਆਂ ਹੋ ਨਾਮ ਦੀਆਂ ਵਡਿਆਈਆਂ ਤੇਰੇ ਨਾਮ ਦੀਆਂ ਵਡਿਆਈਆਂ ਵਡਿਆਈਆਂ ਹਰੀ ਤੇਰੇ ਨਾਮ ਦੀਆਂ ਵਡਿਆਈਆਂ ਨਾਮ ਦੀਆਂ ਵਡਿਆਈਆਂ ਨਾਮ ਦੀਆਂ ਵਡਿਆਈਆਂ ਹਰੀ ਤੇਰੇ ਨਾਮ ਦੀਆਂ ਵਡਿਆਈਆਂ ਹਰੀ ਤੇਰੇ ਨਾਮ ਦੀਆਂ ਵਡਿਆਈਆਂ ਨਾਮ ਦੀਆਂ ਵਡਿਆਈਆਂ ਹਰੀ ਤੇਰੇ ਨਾਮ ਦੀਆਂ ਵਡਿਆਈਆਂ ਹੋ ਨਾਮ ਦੀਆਂ ਵਡਿਆਈਆਂ ਹਰੀ ਤੇਰੇ ਨਾਮ ਦੀਆਂ ਵਡਿਆਈਆਂ ਵਡਿਆਈਆਂ ਹਰੀ ਤੇਰੇ ਨਾਮ ਦੀਆਂ ਵਡਿਆਈਆਂ ਨਾਮ ਦੀਆਂ ਵਡਿਆਈਆਂ 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 ਨਾਮ ਦੀਆਂ ਵਡਿਆਈਆਂ ਨਾਮ ਦੀਆਂ ਵਡਿਆਈਆਂ ਨਾਮ ਦੀਆਂ ਵਡਿਆਈਆਂ ਹਰੀ ਤੇਰੇ ਨਾਮ ਦੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਸੰਤ ਮੰਡਲ ਮੰਗਲਮਈ ਮੂਰਤੀ ਮਾਤਾ ਬੋ ਦੇਵੀਓ ਪ੍ਰੇਮੀ ਸੱਜਣੋ ਆਪ ਸਭ ਸੰਗਤਾਂ ਬੜੇ ਹੀ ਉੱਤਮ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠਣ ਦਾ ਸਮਾਂ ਮਿਲਿਆ ਤੇ ਮਹਾਂਪੁਰਖਾਂ ਦੀਆਂ ਯਾਦਾਂ ਮਨਾਉਣ ਦਾ ਸਮਾਂ ਮਿਲਿਆ। ਮਹਾਂਪੁਰਖਾਂ ਨੇ ਬਾਬਾ ਜਸਪਾਲ ਸਿੰਘ ਜੀ ਉਹਨਾਂ ਨੇ ਸੰਗਤਾਂ ਦੇ ਨਾਲ ਰਲ ਮਿਲ ਕਰਕੇ ਉਪਰਾਲਾ ਕਰਿਆ ਸਤਿਪੁਰਖਾਂ ਦੀ ਯਾਦ ਮਨਾਉਣਾ ਕਰਿਆ। ਇਹ ਸੰਸਾਰ ਦੇ ਉੱਪਰ ਕਿਸ ਦੀ ਵਡਿਆਈ ਹੈ? ਸਾਰਾ ਸੰਸਾਰ ਵਡਿਆਈ ਚਾਹੁੰਦਾ ਹੈ, ਸਭ ਵਡਿਆਈ ਚਾਹੁੰਦੇ ਨੇ, ਹਰ ਇੱਕ ਬੰਦਾ ਚਾਹੁੰਦਾ ਹੈ। ਮੈਨੂੰ ਲੋਕ ਕਹਿਣੇ ਬਹੁਤ ਚੰਗਾ ਹੈ, ਮੈਨੂੰ ਲੋਕ ਕਹਿਣੇ ਬਹੁਤ ਵੱਡਾ ਹੈ, ਮੈਨੂੰ ਲੋਕ ਕਹਿਣ ਮੇਰੀ ਬੁੱਧੀ ਬਹੁਤ ਤੇਜ ਹੈ, ਸਾਰਾ ਸੰਸਾਰ ਮੇਰਾ ਜਸ ਕਰੇ। ਪਰ ਪਿਆਰਿਓ,
ਵਡਿਆਈ ਕਿਹਦੀ ਹੁੰਦੀ ਹੈ? ਸਤਿਗੁਰੂ ਜੀ ਬਾਣੀ ਦੇ ਵਿੱਚ ਕਹਿੰਦੇ ਕੌਣ ਵੱਡਾ, ਮਾਇਆ ਵਡਿਆਈ? ਸਤਿਗੁਰੂ ਜੀ ਕਹਿੰਦੇ ਨਹੀਂ, ਸੋ ਵੱਡਾ ਜਿਨ ਰਾਮ ਲਿਵ ਲਾਈ। ਕਹਿੰਦੇ ਜਿਹਨੇ ਪਰਮਾਤਮਾ ਦੇ ਨਾਲ ਲਿਵ ਲਾਈ ਹੈ। ਸੰਸਾਰ ਦੇ ਉੱਪਰ ਬੜੇ ਬੜੇ ਹੋ ਕੇ ਚਲੇ ਗਏ, ਬੜੇ ਬੜੇ ਰਾਜੇ, ਬੜੇ ਬੜੇ ਸ਼ਕਤੀਸ਼ਾਲੀ, ਪਰ ਕਈਆਂ ਦੇ ਜੁੱਤੀਆਂ ਪੈਂਦੀਆਂ ਨੇ, ਲੋਕ ਗਾਲਾਂ ਕੱਢਦੇ ਨੇ, ਕਈਆਂ ਦੀ ਉਸਤਤ ਕਰਦੇ ਨੇ। ਅੱਜ ਆਪਾਂ ਸਤਿਪੁਰਖਾਂ ਦੀ ਯਾਦ ਦੇ ਵਿੱਚ ਜੁੜੇ ਹਾਂ। ਬਾਬਾ ਈਸਰ ਸਿੰਘ ਜੀ ਮਹਾਰਾਜ, ਬਾਬਾ ਕਿਸ਼ਨ ਸਿੰਘ ਜੀ ਮਹਾਰਾਜ, ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ। ਸੰਸਾਰ ਭਰ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ। ਇਹ ਵਡਿਆਈ ਕਿਹਦੀ ਹੈ? ਸਰੀਰ ਦੀ? ਇਹ ਸਰੀਰ ਦੀ ਵਡਿਆਈ ਨਹੀਂ ਪਿਆਰਿਓ। ਪੰਜਾਂ ਤੱਤਾਂ ਦਾ ਸਰੀਰ ਤਾਂ ਸਾਰਿਆਂ ਨੂੰ ਹੀ ਮਿਲਿਆ ਹੈ। ਇਹ ਵਡਿਆਈ ਹੈ ਨਾਮ ਦੀ, ਸਿਮਰਨ ਦੀ, ਬੰਦਗੀ ਦੀ, ਨੇਕ ਕਮਾਈ ਦੀ, ਸ਼ੁੱਧ ਆਚਰਣ ਦੀ, ਇਹ ਵਡਿਆਈ ਹੋ ਰਹੀ ਹੈ। ਤਪ ਤਾਂ ਬਹੁਤ ਦੁਨੀਆ ਕਰਦੀ ਹੈ। ਆ ਪਿੱਛੇ ਦੁਸਹਿਰਾ ਲੰਘ ਕੇ ਗਿਆ, ਸਾਰਿਆਂ ਨੇ ਬੜੀ ਦੁਨੀਆ ਦੇ ਵਿੱਚ ਦੁਸਹਿਰਾ ਮਨਾਇਆ ਗਿਆ। ਰਾਵਣ ਦੇ ਪੁਤਲੇ ਸਾੜੇ ਗਏ, ਸਾਰਿਆਂ ਨੇ ਮਨਾਇਆ। ਕੀ ਤਪ ਰਾਵਣ ਨੇ ਘੱਟ ਕਰਿਆ ਸੀ? ਤਪ ਤਾਂ ਰਾਵਣ ਨੇ ਵੀ ਕਰਿਆ ਸੀ। ਰਾਵਣ ਨੇ ਇੰਨਾ ਤਪ ਕਰ ਲਿਆ ਕਿ ਉਹਦੇ ਅਨੁਸਾਰ ਦੇਵਤੇ ਵੀ ਚੱਲਣ ਲੱਗ ਗਏ ਸੀ। ਦੇਵਤੇ ਬਹੁਤ ਤਪ ਕਰਿਆ ਰਾਵਣ ਨੇ, 10 ਵਾਰ ਆਪਣਾ ਸੀਸ ਕੱਟ ਕੇ ਭਗਵਾਨ ਦੇ ਚਰਨਾਂ ਦੇ ਵਿੱਚ ਚੜਾਇਆ, ਭਗਵਾਨ ਫੇਰ ਸਿਰ ਲਾ ਦਿੰਦੇ ਸੀ। ਤਪ ਬੜਾ ਕਰਿਆ, ਇੰਨਾ ਤਪ ਕਰਿਆ ਕਿ ਦੇਵੀ ਦੇਵਤੇ ਸੂਰਜ ਉਹਦੀ ਰਸੋਈ ਪਕਾਉਂਦਾ ਸੀ, ਸਾਰੇ ਦੇਵਤੇ ਉਹਦਾ ਕੰਮ ਕਰਦੇ ਸੀ, ਇੰਨਾ ਤਪ। ਪਰ ਪਿਆਰਿਓ, ਅੱਜ ਉਹਦੇ ਪੁਤਲੇ ਜਲਾਏ ਜਾਂਦੇ ਨੇ, ਤਪ ਤਾਂ ਉਹਨੇ ਵੀ ਕਰਿਆ। ਪਰ ਇਹਦੇ ਵਿੱਚ ਇੱਕ ਭੇਦ ਹੈ, ਤਪ ਤਪ ਕਰਨ ਦੇ ਵਿੱਚ ਭੇਦ ਹੈ। ਇੱਕ ਤਪ ਕਰਦਾ ਹੈ ਸੰਸਾਰ ਦਾ ਭਲਾ ਕਰਦਾ ਹੈ, ਇੱਕ ਤਪ ਕਰਦਾ ਹੈ ਸੰਸਾਰ ਨੂੰ ਦੁੱਖ ਦਿੰਦਾ ਹੈ। ਹੁਣ ਕਲਯੁੱਗ ਦਾ ਸਮਾਂ ਹਾਵੀ ਹੁੰਦਾ ਜਾ ਰਿਹਾ ਹੈ। ਕਲਯੁੱਗ ਬਚਪਨੇ ਦੇ ਵਿੱਚ ਹੈ, ਹਜੇ ਜਵਾਨੀ ਚ ਨਹੀਂ ਗਿਆ, ਇੰਨਾ ਪ੍ਰਭਾਵ ਹੁੰਦਾ ਜਾ ਰਿਹਾ। ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਬੈਠੇ ਸੀ, ਹਰਿਦੁਆਰ ਦੇ ਵਿੱਚ ਬੇਨਤੀ ਕਰੀ, ਮਹਾਰਾਜ ਹਜੇ ਤਾਂ ਬਹੁਤ ਧਰਮੀ ਨੇ, ਆਪ ਜੈਸੇ ਮਹਾਂਪੁਰਖ ਨੇ, ਸਭ ਕੁਝ ਹੈ, ਬੜੀ ਆਪ ਜੀ ਦੀ ਕਿਰਪਾ ਹੈ, ਲੋਕ ਧਾਰਮਿਕ ਸਥਾਨਾਂ ਤੇ ਆਸਥਾ ਰੱਖਦੇ ਨੇ, ਸੇਵਾ ਕਰਦੇ ਨੇ, ਪੁੰਨ ਕਰਦੇ ਨੇ, ਦਾਨ ਕਰਦੇ ਨੇ। ਪਰ ਸਾਰੇ ਕਹਿੰਦੇ ਕਲਯੁੱਗ ਆ ਗਿਆ, ਕਲਯੁੱਗ ਆ ਗਿਆ। ਮਹਾਂਪੁਰਖ ਕਹਿੰਦੇ ਕਲਯੁੱਗ ਤਾਂ ਅੱਗੇ ਦੇਖਿਓ ਕੀ ਰੰਗ ਲੈ ਕੇ ਆਉਂਦਾ। ਮਹਾਰਾਜ ਕਿਹੋ ਜਿਹਾ ਕਲਯੁੱਗ? ਕਹਿੰਦੇ ਕਲਯੁੱਗ ਦੀ ਜਦੋਂ ਇਹਨੇ ਜਵਾਨੀ ਵੱਲ ਨੂੰ ਮਾੜਾ ਜਿਹਾ ਵੀ ਪੈਰ ਧਰਨਾ ਨਾ, ਉਦੋਂ ਧਰਮ ਦਾ ਨਾਸ ਹੋਣ ਲੱਗ ਜਾਣਾ ਤੇ ਅਧਰਮ ਉੱਪਰ ਆਉਣ ਲੱਗ ਜਾਣਾ। ਮਹਾਰਾਜ ਉਹ ਕਿਵੇਂ? ਕਹਿੰਦੇ ਜਦੋਂ ਰਾਮ ਦੀ ਲੋਕ ਨਿੰਦਿਆ ਕਰਨ ਲੱਗ ਜਾਣਗੇ ਤੇ ਰਾਵਣ ਦੀ ਉਪਮਾ ਕਰਨ ਲੱਗ ਜਾਣਗੇ, ਸਮਝ ਲਓ ਕਲਯੁੱਗ ਜਵਾਨੀ ਨੂੰ ਤੁਰ ਪਿਆ। ਆ ਦੁਸਹਿਰੇ ਨੂੰ ਦੇਖਿਆ, ਕਈ ਲੋਕਾਂ ਨੇ ਰਾਮ ਨੂੰ ਮਾੜਾ ਕਹਿਤਾ, ਰਾਵਣ ਦੀ ਕਈਆਂ ਨੇ ਉਪਮਾ ਕਰਤੀ, ਪਰ ਸੱਤ ਸੱਤ ਨੂੰ ਕਿਸੇ ਨੇ ਨਹੀਂ ਜਾਣਿਆ। ਤਪ ਰਾਵਣ ਨੇ ਵੀ ਕਰਿਆ, ਪਰ ਪਿਆਰੇ ਉਹਦੇ ਪੁਤਲੇ ਜਲਾਏ ਜਾਂਦੇ ਨੇ ਕਾਹਦੇ ਕਾਰਨ? ਵੀ ਸੀਤਾ ਨੂੰ ਉਠਾ ਕੇ ਲੈ ਗਿਆ ਸੀ? ਨਹੀਂ ਪਿਆਰਿਓ, ਰਾਵਣ ਨੇ ਤਾਂ ਸੀਤਾ ਨੂੰ ਹੱਥ ਤੱਕ ਨਹੀਂ ਲਾਇਆ, ਇਸ ਕਰਕੇ ਨਹੀਂ ਜਲਾਏ ਜਾਂਦੇ ਪੁਤਲੇ। ਪੁਤਲੇ ਇਸ ਕਰਕੇ ਜਲਾਏ ਜਾਂਦੇ ਨੇ, ਰਾਵਣ ਧਰਮ ਦਾ ਨਾਸ ਕਰਦਾ ਸੀ। ਰਾਵਣ ਕੋਲੇ ਬਹੁਤ ਸ਼ਕਤੀ ਆ ਗਈ, ਬੜਾ ਬਲਵਾਨ ਹੋ ਗਿਆ। ਅੱਜ ਰਾਵਣ ਦੇ ਦਿਮਾਗ ਦੇ ਵਿੱਚ ਇੱਕ ਕੀੜਾ ਬੈਠ ਗਿਆ, ਮੇਤੋਂ ਉੱਤੇ ਕੋਈ ਜਾ ਨਾ ਸਕੇ।
मैं तप करे बंदगी करी मेरे उपर कोई बंदगी ना करके मेरे तो उपर ना चलिया जावे इस करके मैं किसी नू बंदगी नहीं करन देनी। आ बजुर्ग बैठे ने इन्हां ने पुरातन समय दे विच इतिहास सुने ने अजकल दे नौजवानां नू तां नहीं पुरातन इतिहासां दा पता क्योंकि दायरा ही बहुत छोटा हो गया क्योंकि पुरातन इतिहास कोई ना सुनाउंदा है ते ना ही किसी नू आउंदे ने। ते प्यारियो जदों रावण की बुद्धि दे विचे कीड़ा बैठ गया भी मेरे तो उपर ना चलिया जावे उन्हें की करिए उन्हें ऐलान करता है मेरे इलाके दे विच जिथे तक मेरा राज है उदे विच कोई तप नहीं कर सकता बंदगी नहीं कर सकता भजन नहीं कर सकता। प्यारे हो जे कोई साधु महात्मा बंदगी करता सी ना तां उन्हूं बंदगी नहीं सी करन दिंदा उन्हूं दुख दिंदा सी साधुआं नूं बड़ा कष्ट दिंदा सी साधुआं नूं आए बना के रखदा सी जिवें मेरे नौकर हुंदे आ इन्ना पाप इन्ना अत्याचार। पर प्यारे हो तप तां उन्हें भी करिया जदों रावण धर्म दा नाश करन लग्या है ते धरती ने जाके ना पकार करी विष्णु भगवान दे चरणां दे विच महाराज मेरे तो पापी का भार झल नहीं हुंदा क्योंकि पापी का भार सब तो ज्यादा हुंदा है क्योंकि संसार दे विच जिहड़ा आदमी धर्म का नाश करता है ना रब का नाम लैण तो हटाउंदा है उस तो वड्डा दुनिया के उपर कोई पापी नहीं हो सकता। धरती ने पुकार करी जाके विष्णु भगवान अगे विष्णु भगवान जी कहन लगे दसो कहन लगे पापी का भार झल नहीं हुंदा। फिर विष्णु भगवान जी ने आप राम का अवतार धारण करिया। बाणी पढ़ के देखो कदों कदों भगवान ने सतयुग दे विच आए बावन का रूप धारण करिया त्रेते दे विच राम बन के आए द्वापर दे विच कृष्ण का रूप धारण करके आए ज्यों ज्यों पाप बढ़ता गया कलयुग दे विच गुरु नानक दे रूप दे विच आए उही भगवान। ते प्यारियो रावण जिहड़ा दिन रात किसे नूं तप नहीं सी करन दिंदा फिर राम भगवान जी जदों अयोध्या दे विच आए कादे वास्ते कि धर्म का जिहड़ा नाश हो रहा है वह धर्म नूं बचाया जावे जिहड़े साधु महात्मा ने धर्म नूं प्रफुल्लित करदे ने धर्म नूं जागृत करदे ने संसार धर्म दे नाल साधुआं दे माध्यम दे नाल जुड़दा है होर कोई रस्ता ही है नहीं। प्यारिओ ते राम जी का अवतार होया है ते नारद जी आए नारद जी कहिंदे भगवान जी जिहड़े कारिए वास्ते आए हो वह कारिए शुरू करो इधरों विश्वामित्र जी तप करते ने राक्षस आउंदे ने हड सिट जाते ने जदों हवन करते ने हुण तां इह सारे कासे दा इहनूं कर्मकांड हिंदूवाद पता नहीं की कुछ संसार कह रहा वह हवन करते ने उहदे विच आके हड सिट जाते ने राक्षस लोग खून सिट जाते ने गंदगी सिट जाते ने। विश्वामित्र जी नूं पता लग्या है कि दशरथ दे घर ऐसा सूरबीर योधा पुत्र पैदा होया है क्यों ना मैं लिया के अपने जग की रक्षा करावा। विश्वामित्र जी आए आके दशरथ जी नूं बेनती करी दशरथ जी मोह दे विच मेरा पुत्र हजे बालक है ते प्यारे ओ बेनती करके दशरथ जी तो राम जी नूं लैके गए ताड़का दा वध करिया विश्वामित्र जी दा जग संपूर्ण करिया अहल्या जिहड़ी सिला बनी होई सी उस नूं सरजीत करिया पता नहीं बहुत लंबी ये कथा है प्यारे ओ। ते राम जी नूं फिर आके नारद जी कहिंदे ने अपना कार्ज करो फिर बिना कारण तो कोई कारिया नहीं हुंदा। जेड़ी मां सब तो वध राम नूं प्यार करदी सी ककई मां तां कुसलिया सी राम जी दी ककई सब तो वध प्यार करदी सी। इधरों जदों दशरथ जी ना एक दिन सीसा देखदे ने सीसा आपां भी सीसा देखदे हां रोज देखदे हां अपने आप नूं संगाड़दे हां सीसा कादे वास्ते आ दशरथ जी सीसा देखदे ने जदों सीसा देखदे ने ना उहनां दे कन्न कोले एक बाल आ गया चिट्टे रंग दा चिट्टे बाल आउंदे आ ना बाल पकदे आ जदों इक बाल आया है ते प्यारियो क्योंकि पुरातन समें दे विच जिहड़ी विद्या सी ओह साधुआं महात्मा दे आसरमां तों मिलदी सी
साधुआं कोले विद्या पढ़दे सी उत्थे आस्त्र शास्त्र धर्म विद्या सारी सिखाई जांदी सी ते उत्थे इह वी सिखाया जांदा सी ब्रह्मचारिया बाणप्रस्थ ते सन्यास इह चार आश्रम ने बालपणा ब्रह्मचारिया विद्या पढ़नी ग्रस्त ब्याह हो जाना बच्चे पैदा करने उस तो अगे है बाणप्रस्थ जदों बच्चे ब्याहे जान उस तो बाद प्रभु दी बंदगी करनी सिमरन करना सन्यास ता जदों शरीर जवाब दे गया ऑटोमेटिक हो जू ते जदों एक बाल देखिया ना कन्न कोले चिट्टा ते प्यारे दशरथ ने सोचिया मेरा बालपना लंघ गया ग्रस्त दा जीवन लंघ गया बच्चे ब्याहे गए हुण मैनू बंदगी करनी चाहीदी है अपने गुरु जी कोले गया गुरु जी हुण राम जवान हो गया उहनू राज तिलक दित्ता जावे उहनू गद्दी ते बिठाया जावे वशिष्ठ जी कहिंदे ठीक है दूसरे दिन दा ही टाइम रख लिया पर भगवान ने क्योंकि बिना कारिया कारण तो कारिया नहीं ना हुंदा बिना कारण तो कोई कारिया नहीं हुंदा भगवान जी ने मंथरा दी बुद्धि ऐसी कमाई उन्हें ककई दी दुर्मत पैदा करती भी तेरे पुत्र नू राज मिलना चाहिए ककई ने दो बचन लए हुए सी ककई दशरथ नू कहंदी मेरे दो बचन पूरे करो पर दशरथ जी की कहंदे रघुपति रीत सदा चली आई प्राण जाए पर बचन ना जाए क्यों गुरबाणी दे विच भी पढ़दे हैं बचन करे सो खिसक जाए बोले नर कच्चा कहंदे जेड़ा बचना तो हार जी वो कच्चा है उदी कोई कीमत नहीं अज प्यारे दशरथ जी ने दोने बचन दस की चाहिंदा ककई कहंदी इक तां राम नू 14 साल दा बनवास एक राज तिलक ते हो गया ते कारण बन गया ते प्यारे जेडे ऋषि लोग तप करदे सी जेडे दर्शना नू उड़ीकदे सी भीलणी वर्गियां सबरी वर्गियां की नहीं सी कर सकते राम भगवान वो तो धक्के ना भी राज लै लेंदे गुरु गोबिंद सिंह महाराज की नहीं सी कर सकते उन्होंने की लोड़ सी मासी वाड़े दे जंगलों दे विच जाण दी कारण तो बिना कारिया नहीं हुंदा क्योंकि जिथे प्यारे भगत गुरुआं दे डीकदे सी आ इतिहास सिरजणे सी बिना कारण तो कारिया नहीं हुंदा प्यारे लंका तक पहुंचे सीता नू उठा के ले गया रावण प्यारे लंका तक गए लंका वास्ते समुद्र दे उत्ते पुल बनिया गया आपां पढ़दे आ ना जेता समुद्र सागर नीर भरिया तेते औगण हमारे दया करो कुस मेहर पावो डुबदे पत्थर तारे वह डुबदे पत्थर राम भगवान ने तारे उत्ते ते प्यारे लंका दे विच गए रावण दा वध करिया कहण तो भाव है भी जेड़ा पाप कमाउंदा है दुष्टता करदा है अज भी उसनू नीच गिनिया जांदा है इस करके नहीं गिनिया जांदा है भी वह सीता नू लै गया सी नहीं प्यारियो क्योंकि वह धर्म का नाश करदा सी तप रावण ने भी करे है तप सतपुरख भी करदे ने सतपुरखां नू जदों तक दुनिया ने रहना उन्हां दी जय जयकार होनी है पर जिन्हां ने तप करके नीच बिरती दे कई लोग ने थोड़ा जिहा तप कर लिया लोगों नू दुख देना शुरू कर लैंदे ने जिहड़े नीच बिरती दे लोग ने प्यारे ओ रावण दी कुल दे विचों ने जिन्हां दी वधिया सोच है उच्ची सोच है हमेशा ही संसार दा भला सोचदे ने ओ कौन ने ओ रावण दी कुल दे विचों नहीं ओ राम दी कुल दे विचों ने इस करके प्यारे क्योंकि बड़ा सारे ही बनना चाहते ने पर प्यारे जय जयकार उन्हां दी संसार ते हुंदी है जेडे अपना आचरण वधिया रखते ने जेडे अपनी सोच वधिया रखते ने जेडे ये गल का ज्ञान कर लेंदे ने भी परमात्मा की रजा तो बिना एक पत्ता नहीं हिल सकता जे मैं अपनी मत वरतूंगा कुदरत दे नाल सेड़ साड़ करूंगा धर्म दे नाल सेड़ साड़ करूंगा फिर उन्हां दे प्यारे सदा ही जुत्तियां पैंदियां ने इस करके बड़ा सारे ही बनना चाहते ने बड़ा कौन बड़ा माया वड्याई नहीं प्यारे बड़ा कौन है महापुरख कहंदे कौन बड़ा संसार दे उपर सोई है बड़ा जिसने राम ले बुलाई है राम ले राई है ओ सोई
नहीं प्यारे बड़ा है संसार के उपर जिसने परमात्मा के नाल लिव लाई हुई है सारी बड़ा बनना चाहते हैं कोई धन दे नाल कोई माया दे नाल ते कोई औदियां दे नाल पर प्यारियो ये जेड़ी वड्याई है ये चार दिनों की है इहदी कोई बाली वड्डी औकात नहीं कोई ज्यादा वड्याई दूर तक नहीं जाती ते प्यारियो जे तां शुभ वड्याई मिल गई ना फिर जय जयकार सदा जदों तक दुनिया ने रहना उदों तक ही वड्याई होनी है। दास कई बार बेनती करता है ते जे किसे नूं आपां पुछीए भाई तू कबीर साहब जी नूं जानदा है कबीर साहब महाराज जी नूं जदे कहने हां जी कबीर साहब महाराज के बारह पंथ चलते ने दादू पंथ कीसा पंथ गरीबदासी पता ही नहीं बारह पंथ चलते ने ते पुछिए कबीर साहब महाराज कित्थे होए जदी कह दांगे जी उधर काशी उधर होए ने उन्होंने जो करतब ने सारी दस देंगे फिर कहांगे जी उन्हां दा इन्ना सत्कार है गुरबाणी दे विच भी उन्हां दी गुरबाणी दर्ज है। ते प्यारे जे पुछिए रविदास जी नूं जानदे हो कहांगे हां जी रविदास महाराज जी दी भी जिहड़ी बाणी है गुरबाणी दे विच दर्ज है ते रविदास महाराज जी वह भी काशी उत्थे ही होए ने उन्होंने भी उदों पखंड का बड़ा जिहड़ा पखंड सी उहनूं दूर करिया सत धर्म नूं अगे लैके आए। जे धन्ना जी की गल करिए भी दस देंगे सारी भगतां दे नाम असीं दसण नूं तैयार हाँ फिर महापुरखां दे बंदगी वालिआं दे नाम ते प्यारे वह भी दस देंगे। जे किसे नूं इह पुछ लईए भी कबीर साहब महाराज जी दे टाइम राजा कौन सी रविदास जी दे टाइम राजा कौन सी भगत नामदेव जी दे टाइम राजा कौन सी जे तां कोई कथा वाचका जां इतिहास पढ़दा है उहनूं पता है नहीं किसे नूं नहीं पता कहिंदे जी उहनूं तां असीं जाणदे नहीं। प्यारिओ जिहदी हकूमत चलदी सी जिहदे कोले उच्चा अहुदा सी जिहदे कोले माया सी सब कुछ सी उहदा संसार नौ तक नहीं जाणदा उह जिहड़े भगतां दा आपां अज जीवन पढ़दे आ प्यारिओ उहनां दे चुल्हे दे विच कई कई दिन अग नहीं सी बलदी अज उहनां दी संसार दे विच जय जयकार इक आदी जय जयकार आ उह शरीरां दी नहीं प्यारिओ जय जयकार है उह शुभ गुणां दी ये संसार दे विच जय जयकार शुभ गुणा की होंदी है जिहड़ा संसार का भला इत्थे तक तां कि तुसीं नेड़ी झाती मार के देख लो सोडे नगरां दे विच कोई बंदा धर्मी होवे बंदगी करदा होवे सिमरन करदा होवे सारिआं दे दुख सुख दे विच खड़दा होवे धी भैण दा सांझा होवे ते प्यारिओ ਆਪਾਂ ਕਹਿੰਦੇ ਆ ਵੀ ਜਦੋਂ ਕਿਤੇ ਮੱਥੇ ਲੱਗ ਜੇ ਆਪਾਂ ਕਹਿੰਦੇ ਅੱਜ ਤਾਂ ਰੱਬ ਹੀ ਮੱਥੇ ਲੱਗ ਗਿਆ ਵੀ ਬੜਾ ਵਧੀਆ ਬੰਦਾ ਮੱਥੇ ਲੱਗਿਆ ਅੱਜ ਤਾਂ ਸਾਰਾ ਹੀ ਦਿਨ ਵਧੀਆ ਲੰਘੂਗਾ ਅੱਜ ਤਾਂ ਦਿਨ ਹੀ ਬਹੁਤ ਵਧੀਆ ਚੜ੍ਹਿਆ ਅੱਜ ਤਾਂ ਰੱਬ ਵਰਗੇ ਰੱਬ ਦੇ ਹੀ ਦਰਸ਼ਨ ਹੋ ਗਏ ਇੱਥੇ ਤੱਕ ਕਹਿੰਦੇ ਆ ਪਰ ਉੱਥੇ ਹੀ ਜੇ ਇੱਕ ਮਾੜਾ ਬੰਦਾ ਮੱਥੇ ਲੱਗ ਜੇ ਜਿਹੜਾ ਦਾਰੂ ਪੀ ਕੇ ਰੋਜ਼ ਗਾਲਾਂ ਕੱਢਦਾ ਹੋਵੇ ਧੀ ਭੈਣ ਦਾ ਸਾਂਝਾ ਨਾ ਹੋਵੇ ਲੋਕਾਂ ਦੀ ਮਾਇਆ ਗਰੀਬਾਂ ਨੂੰ ਲੁੱਟਦਾ ਹੋਵੇ ਦੱਬਦਾ ਹੋਵੇ ਤੇ ਅਸੀਂ ਕੀ ਕਹਿੰਦੇ ਹਾਂ ਅੱਜ ਤਾਂ ਵੀ ਦੈਂਤ ਮੱਥੇ ਲੱਗ ਗਿਆ ਸਾਰਾ ਹੀ ਦਿਨ ਖਰਾਬ ਹੋ ਗਿਆ ਕਾਰਨ ਕੀ ਹੈ ਇਹ ਕਾਹਦੀ ਵਡਿਆਈ ਕਿਹੜੀ ਗੱਲ ਦੀ ਹੈ ਵਡਿਆਈ ਹੈ ਸ਼ੁਭ ਗੁਣਾਂ ਦੀ ਤੇ ਪਿਆਰਿਆਂ ਜਿਹਦੇ ਅੰਦਰ ਸ਼ੁਭ ਗੁਣ ਹੁੰਦੇ ਨੇ ਨਾ ਉਹ ਪ੍ਰਭੂ ਦਾ ਸਿਮਰਨ ਕਰਦਾ ਹੈ ਪ੍ਰਭੂ ਦਾ ਨਾਮ ਜਪਦਾ ਹੈ ਤੇ ਹੋਰਾਂ ਨੂੰ ਨਾਮ ਜਪਾਉਂਦਾ ਹੈ ਇਸ ਕਰਕੇ ਅੱਜ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਜੁੜੇ ਹਾਂ ਹਰ ਸਾਲ ਹੀ ਮਹਾਂਪੁਰਖ ਪ੍ਰੋਗਰਾਮ ਕਰਦੇ ਨੇ ਤੇ ਕਿੰਨੇ ਮਹਾਂਪੁਰਖ ਜੱਥੇ ਆ ਕੇ ਮਹਾਂਪੁਰਖਾਂ ਦੀ ਉਸਤਤ ਗਿਆਨ ਕਰਦੇ ਨੇ ਜੋ ਗੁਰਬਾਣੀ 'ਚ ਅਨੁਸਾਰ ਉਹਨਾਂ ਨੇ ਜੀਵਨ ਢਾਲਿਆ ਸਤਿਪੁਰਖਾਂ ਨੇ ਉਹ ਗਿਆਨ ਕਰਦੇ ਨੇ ਵੀ ਕਿਸੇ ਦਾ ਜੀਵਨ ਸੁਣ ਕੇ ਹੀ ਬਣ ਜਾਵੇ ਸੋ ਇਹ ਭਾਗਾਂ ਦੀ ਨਿਸ਼ਾਨੀ ਹੈ ਰਹੋ ਵਿਚਾਰ ਦਾਸ ਦਾ ਸਮਾਂ ਸਮਾਪਤ ਹੈ ਆਓ ਇੱਕ ਧਾਰਨਾ ਪੜ੍ਹ ਕੇ ਫਿਰ ਬਹੁਤ ਸਾਰੇ ਮਹਾਂਪੁਰਖਾਂ ਦੇ ਕੋਲੋਂ ਬਾਬਾ ਅਮਰੀਕ ਸਿੰਘ ਜੀ ਕੋਲੋਂ ਹੋਰ ਬਹੁਤ ਮਹਾਂਪੁਰਖਾਂ ਦੇ ਕੋਲੋਂ ਬਾਬਾ ਫੱਕਰ ਜੀ ਉਹਨਾਂ ਦੇ ਕੋਲੋਂ ਹਰੀ ਜਸ ਸਰਵਣ ਕਰਨਾ ਹੈ ਆਓ ਪਿਆਰਿਓ ਇਹ ਵਡਿਆਈ ਕਾਹਦੀ ਹੈ ਇਹ ਵਡਿਆਈ ਹੈ ਨਾਮ ਦੀ ਕਿਉਂਕਿ ਨਾਮ ਤੋਂ ਬਿਨਾਂ ਵਡਿਆਈ ਨਹੀਂ ਹੁੰਦੀ ਨਾਮ ਰਿਹੋ ਸਾਧੂ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮਿਕਨ ਜਪਿਓ ਇਹ ਨਾਮ ਦੀ ਵਡਿਆਈ ਹੈ ਪਿਆਰਿਓ ਕਿਉਂਕਿ ਨਾਮ ਤੋਂ ਬਿਨਾਂ ਭਗਤੀ ਬਿਨਾਂ ਕਿਆ ਹੋਤ ਹੈ ਭਰਮ ਰਿਹਾ ਸੰਸਾਰ ਭਗਤੀ ਤੋਂ ਬਿਨਾਂ ਕੁਝ ਨਹੀਂ ਹੁੰਦਾ ਪਿਆਰਿਓ
रति कंचन पाया नहीं रावण चलती। आओ जिहड़ी धारना तो शुरू करिया सी उत्थे समाप्ति करिए। नाम दियां बड़ियाइया हरी तेरे नाम दियां बड़ियाइया।